ਤੇ ਅੱਜ ਦੀ ਡੇਟ ਦੇ ਵਿੱਚ ਨਾ ਉਸ ਖੂਹ ਨੂੰ ਪੂਰ ਕੇ ਉੱਥੇ ਗੁਰਦੁਆਰਾ ਸਾਹਿਬ ਦੀ ਇਮਾਰਤ ਬਣਾ ਦਿੱਤੀ ਗਈ ਆ। ਉਹੀ ਇੱਕ ਆਖਰੀ ਨਿਸ਼ਾਨੀ ਸੀ ਤੇ ਉਹੀ ਗੱਲ ਆ ਜਾਂਦੀ ਆ ਵੀ ਮੈਨੂੰ ਹੁੰਦਾ ਵੀ ਪੁਰਾਣੀਆਂ ਨਿਸ਼ਾਨੀਆਂ ਜਿਹੜੀਆਂ ਹੈਗੀਆਂ ਨੇ ਉਹ ਬਚੀਆਂ ਰਹਿਣੀਆਂ ਚਾਹੀਦੀਆਂ ਨੇ। ਪਤਾ ਨਹੀਂ ਕੀ ਹੋ ਗਿਆ ਤੜਕੇ ਹੀ। ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਰੋਟੀ ਖਾਣੀ ਹੈ, ਕਹਿੰਦੇ ਬਈ ਰੋਟੀ ਤਾਂ ਨਹੀਂ ਤੁਹਾਨੂੰ ਮਿਲਦੀ, ਅਸੀਂ ਚਪਾਤੀ ਦੇ ਦਾਂਗੇ। ਅਤੇ ਮੈਂ ਕਿਹਾ ਚੱਲ ਚਪਾਤੀ ਲਿਆ, ਇਹ ਰੋਟੀ ਲਿਆਏ। ਅਸਲ ਦੇ ਵਿੱਚ ਨਾ ਇਹ ਚਪਾਤੀ ਅਤੇ ਰੋਟੀ ਨੂੰ ਅੱਡ ਅੱਡ ਕਹਿੰਦੇ ਨੇ। ਚਪਾਤੀ ਜਿਹੜੀ ਆ ਤੁਹਾਡੇ ਸਾਹਮਣੇ ਪਈ ਹੈ, ਹੋਰ ਹਿਸਾਬ ਦੇ ਬੰਦੇ ਜੇ ਨੇ ਯਾਰ। ਐਡਰੈਸ ਪੁੱਛੀ ਆ ਨਾ, ਉਹੀ ਕਹਿੰਦੇ ਇੱਧਰ ਹੋ ਜਾ ਇੱਧਰ ਹੋ ਜਾ। ਹਾਂ ਆਪਸ ਬਾਤ ਹੋ ਰਹੀ ਸੀ, ਚਾਏ ਚੂਹੇ ਪੀਓ ਯਾਰ, ਕੈਸੇ ਬਾਈ, ਬੜੀ ਮੁਸ਼ਕਿਲ ਸੇ ਢੂੰਢ ਕੇ ਆਇਆ ਹੂੰ ਮੈਂ। ਚਲੇ ਚਾਏ ਪੀਣੇ ਚਲੇ ਪਹਿਲੇ। ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਅਤੇ ਅੱਜ ਆਪਣਾ ਪੁਣੇ ਦੇ ਵਿੱਚ ਆਖਰੀ ਦਿਨ ਆ, ਅਤੇ 4-5 ਦਿਨਾਂ ਤੋਂ ਬਾਅਦ ਆਪਾਂ ਪੁਣੇ ਤੋਂ ਚੱਲਣ ਲੱਗੇ ਹਾਂ। ਹੁਣ ਵੀ ਮੁੰਡਿਆਂ ਨੇ ਕਿਹਾ ਵੀ ਨਾ ਜਾਇਓ, ਕਹਿੰਦਾ ਨਵਾਂ ਸਾਲ ਦੇਖੀ ਜਾਇਓ, ਥੋੜ੍ਹੇ ਦਿਨ ਤਾਂ ਰਹਿ ਗਏ, ਫਿਰ ਲੇਟ ਹੋਈ ਜਾਂਦੇ ਹਾਂ ਦਿਨੋਂ ਦਿਨ, ਹੈ ਨਾ। ਅਤੇ ਨਵਾਂ ਸਾਲ ਦਾ ਹੁਣ ਜਦੋਂ ਘਰੋਂ ਬਾਹਰ ਨਿਕਲੇ ਹੀ ਹੋਏ ਆ, ਫਿਰ ਤਾਂ ਚਲੋ ਜਿੱਥੇ ਮਰਜ਼ੀ ਮਨਾ ਲਈਏ, ਹੈ ਨਾ। ਕਿਉਂਕਿ ਐਂ ਉਹਨਾਂ ਨੂੰ ਐਂ ਵੀ ਯਾਰ ਤੂੰ ਇਕੱਲਾ ਕਿੱਧਰ ਜਾਏਗਾ ਨਵੇਂ ਸਾਲ 'ਤੇ, ਕਹਿੰਦਾ ਸਾਡੇ ਕੋਲ ਰਹੀ, ਪਰ ਮੈਨੂੰ ਐਂ ਵੀ ਲੇਟ ਹੋ ਜਾਵਾਂਗੇ, ਹੈ ਨਾ। ਅਤੇ ਜਦੋਂ ਘਰੋਂ ਚੱਲ ਹੀ ਪਏ ਇਕੱਲੇ, ਫਿਰ ਕੀ ਨਵਾਂ ਸਾਲ, ਕੀ ਲੋਹੜੀ ਅਤੇ ਕੀ ਦੀਵਾਲੀ। ਅਤੇ ਹੁਣ ਇੱਥੋਂ ਚੱਲਦੇ ਹਾਂ, ਸਵੇਰ ਦਾ ਟਾਈਮ ਹੋ ਗਿਆ। ਅੱਜ ਆਪਾਂ ਜਾਵਾਂਗੇ ਜੀ ਕੋਲਹਾਪੁਰ ਬਾਇਆ 17 ਹੋ ਕੇ, ਪੁਣੇ ਤੋਂ 17 ਤੋਂ ਕੋਲਹਾਪੁਰ 5-6 ਘੰਟਿਆਂ ਦਾ ਸਫ਼ਰ ਆ, ਸਵੇਰ ਦਾ 10 ਵਜੇ ਦਾ ਟਾਈਮ ਆ। ਅਤੇ ਸਭ ਤੋਂ ਪਹਿਲਾਂ ਆਪਾਂ ਇੱਥੋਂ ਚਾਹ ਪਾਣੀ ਛੱਕ ਕੇ, ਇੱਕ ਗੁਰਦੁਆਰਾ ਸਾਹਿਬ ਬਣਿਆ ਹੋਇਆ ਪੁਣੇ ਦੇ ਵਿੱਚ, ਉਹਨੂੰ ਕਿਹਾ ਜਾਂਦਾ ਹੋਲੀਵੁੱਡ ਵਾਲਾ ਗੁਰਦੁਆਰਾ ਸਾਹਿਬ ਜਾਂ ਹੋਲੀਵੁੱਡ ਗੁਰਦੁਆਰਾ ਸਾਹਿਬ ਕਿਹਾ ਜਾਂਦਾ। ਅਤੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੇ ਨਾਮ 'ਤੇ ਵੀ ਉਹਨੂੰ ਜਾਣਿਆ ਜਾਂਦਾ। ਪਹਿਲਾਂ ਉੱਥੇ ਮੱਥਾ ਟੇਕਾਂਗੇ, ਦਰਸ਼ਨ ਕਰਾਂਗੇ, ਫਿਰ ਵਾਇਆ 17 ਹੋ ਕੇ 17 ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਦੇਖਣ ਵਾਲੀਆਂ ਉਹ ਦਿਖਾਉਣ ਤੋਂ ਬਾਅਦ ਫਿਰ ਆਪਾਂ ਪਹੁੰਚਾਂਗੇ ਜੀ ਕੋਲਹਾਪੁਰ ਦੇ ਵਿੱਚ। ਵੀਡੀਓ ਨੂੰ ਵੱਧੋ ਵੱਧ ਸ਼ੇਅਰ ਕਰ ਦਿਓ, ਕਮੈਂਟ ਕਰ ਦਿਆ ਕਰੋ, ਲਾਈਕ ਕਰ ਦਿਆ ਕਰੋ, ਸਫ਼ਰਾਂ ਦੇ ਨਾਲ ਜੁੜੇ ਰਹੋ। ਇਦੂ ਬਾਅਦ ਫਿਰ ਹੋਰ ਘੈਂਟ ਘੈਂਟ ਸਫ਼ਰ ਆਪਣੇ ਸਟਾਰਟ ਹੋਣਗੇ, ਕਿਉਂਕਿ ਹੁਣ ਆਪਾਂ ਮਹਾਰਾਸ਼ਟਰ 'ਚੋਂ ਬਾਹਰ ਨਿਕਲ ਕੇ ਹੌਲੀ ਹੌਲੀ ਕਰਨਾਟਕਾ ਵਾਲੇ ਪਾਸੇ ਨੂੰ ਵੱਧਦੇ ਜਾ ਰਹੇ ਹਾਂ। ਅਤੇ ਕੋਲਹਾਪੁਰ ਇੱਕ ਤਰ੍ਹਾਂ ਦਾ ਤੁਸੀਂ ਕਹਿ ਸਕਦੇ ਹੋ ਵੀ ਕਰਨਾਟਕਾ ਵਾਲੇ ਬਾਰਡਰ ਦੇ ਨੇੜੇ ਹੀ ਲੱਗ ਜਾਂਦਾ। ਲਓ ਜੀ ਮੋਟਰਸਾਈਕਲ 'ਤੇ ਸਮਾਨ ਬੰਨ ਲਿਆ, ਅਤੇ ਜੈਕਟ ਫਿਲਹਾਲ ਨਾ ਮੈਂ ਪਿੱਛੇ ਰਾਈਡਿੰਗ ਵਾਲੀ ਪਿੱਛੇ ਬੰਨ ਦਿੰਦਾ ਹੁੰਦਾ, ਕਿਉਂਕਿ ਸ਼ਹਿਰ ਦੇ ਵਿੱਚ ਮੋਟਰਸਾਈਕਲ ਚਲਾਉਣ ਕਰਕੇ ਨਾ ਕਈ ਵਾਰੀ ਰੁਕਣਾ ਪੈਂਦਾ। ਜਿਵੇਂ ਹੁਣ ਪਹਿਲਾਂ ਚਾਹ ਪਾਣੀ ਪੀਣ ਜਾਵਾਂਗੇ, ਉੱਥੇ ਫੇਰ ਲਾਉਣੀ ਪੈਣੀ ਹੈ, ਗੁਰਦੁਆਰੇ ਮੱਥਾ ਟੇਕਣ ਜਾਣਾ ਫੇਰ ਲਾਉਣੀ ਪੈਣੀ ਹੈ, ਇਹਨੂੰ ਹਾਈਵੇ 'ਤੇ ਪਾਵਾਂਗੇ। ਅਤੇ ਹੁਣ ਬਸ ਆਪਾਂ ਚੱਲਦੇ ਹਾਂ, ਪਹਿਲਾਂ ਚਾਹ ਪੀ ਕੇ ਆਉਂਦੇ ਹਾਂ। ਕਾਫੀ ਦਿਨਾਂ ਬਾਅਦ ਅੱਜ ਲੌਂਗ ਰਾਈਡ 'ਤੇ ਨਿਕਲੇ ਹਾਂ, ਅਤੇ ਲੌਂਗ ਰਾਈਡ ਵੀ ਅੱਜ ਲੰਬੀ ਹੋਈ ਛੇੜ ਲਈ, 6-7 ਘੰਟਿਆਂ ਵਾਲੀ। ਪਿਛਲੇ 4-5 ਦਿਨਾਂ ਤੋਂ ਪੁਣੇ ਰਹਿ ਕੇ ਨਾ ਕੰਫਰਟ ਹੋ ਗਿਆ ਸਰੀਰ ਨੂੰ, ਚੱਲ ਐਂ ਵੀ ਮੋਟੇ ਮੋਟੇ ਕੰਮ ਕਰ ਲਏ। ਇੱਕ ਤਾਂ ਨੇੜੇ ਤੇੜੇ ਵਾਲੀਆਂ ਥਾਵਾਂ ਦੇਖ ਲਈਆਂ ਆਪਾਂ ਸਾਰੀਆਂ, ਅਤੇ ਕੱਪੜੇ ਲੀੜੇ ਧੋਲੇ, ਮੋਟਰਸਾਈਕਲ ਨੂੰ ਵੀ ਆਰਾਮ ਮਿਲ ਗਿਆ, ਅਤੇ KC ਵੀ ਇਸ਼ਨਾਨ ਕਰ ਲਿਆ ਸੀ, ਕਿਉਂਕਿ ਮੋਟਰਸਾਈਕਲ ਨੂੰ ਜਦੋਂ ਦਾ ਮੈਂ ਘਰੋਂ ਚੱਲਿਆ ਹੁਣ ਤੱਕ 3000 ਕਿਲੋਮੀਟਰ ਚਲਾਤਾ, ਤਾਂ ਇਹਨੂੰ 5-4 ਦਿਨ ਆਰਾਮ ਥੋੜ੍ਹਾ ਜਿਹਾ ਚਾਹੀਦਾ ਸੀ ਵੀ ਥੋੜ੍ਹਾ ਚੱਲਿਆ ਕਰੇ। ਅਤੇ ਹੁਣ ਇਹਦਾ ਆਪਾਂ ਮੈਨੂੰ ਲੱਗਦਾ ਵੀ ਸਰਵਿਸ ਜਿਹੜੀ ਹੋਊਗੀ ਉਹ ਕਰਨਾਟਕਾ ਦੇ ਵਿੱਚ ਹੀ ਹੋਊਗੀ, 1500 ਕਿਲੋਮੀਟਰ ਹੋਰ ਚਲਾ ਕੇ ਕਰਾ ਦਾਂਗੇ। ਖਾਣ ਪੀਣ ਗਿਆ, ਉੱਥੇ ਮੈਂ ਆਪਦਾ ਬੈਗ ਭੁੱਲਿਆ ਆਇਆ ਭਾਈ, ਅਤੇ ਯਾਦ ਮੇਰੇ ਰਿਹਾ ਨਾ, ਮੁੜ ਕੇ ਅੱਗੇ ਜਾ ਕੇ ਮੈਂ ਕਿਸੇ ਇੱਕ ਥਾਂ 'ਤੇ ਹੋਰ ਖੜਿਆ, ਉੱਥੇ ਮੈਸੇਜ ਆਇਆ ਹੋਇਆ ਮੈਨੂੰ ਮੁੰਡੇ ਦਾ, ਕਿਉਂਕਿ ਉਹ ਮੁੰਡੇ ਨੇ ਮੇਰਾ ਯੂਟਿਊਬ ਦਾ ਚੈਨਲ ਪੁੱਛ ਲਿਆ ਸੀ, ਬਾਕੀ ਉਹਨੇ ਮੋਟਰਸਾਈਕਲ 'ਤੇ ਲਿਖਿਆ ਵੀ ਦੇਖ ਲਿਆ ਸੀ, ਉਹਦੇ ਉੱਤੇ ਉਹਨੇ ਲਿਖ ਰੱਖਿਆ ਕਹਿੰਦਾ ਬਾਈ ਆਪ ਬੈਗ ਭੁੱਲ ਗਏ ਆਪਕਾ। ਮੈਂ ਕਿਹਾ ਲੈ ਯਾਰ, ਫਿਰ ਮੈਂ ਦੁਬਾਰੇ ਵਾਪਸ ਲੈਣ ਗਿਆ। ਐਂ ਕਈ ਕਈ ਵਾਰੀ ਹੋ ਜਾਂਦਾ ਟੂਰ ਦੇ ਵਿੱਚ ਨਾ, ਸਮਾਨ ਇੰਨਾ ਜ਼ਿਆਦਾ ਹੁੰਦਾ ਵੀ ਕਦੇ ਕਿਹੜੀ ਚੀਜ਼ ਦਾ ਧਿਆਨ ਰੱਖੀਏ, ਕਦੇ ਕਿਹੜੀ ਚੀਜ਼ ਦਾ ਧਿਆਨ ਰੱਖੀਏ ਵੀ ਆਹ ਨਾ ਭੁੱਲ ਜਾਈਏ, ਉਹ ਨਾ ਭੁੱਲ ਜਾਈਏ। 2-2 ਕੈਮਰੇ ਹੋ ਗਏ, ਫਿਰ 2-2 ਮੋਬਾਈਲ ਹੋ ਗਏ, ਹੈ ਨਾ, ਫਿਰ ਸਾਰੇ ਰਾਈਡਿੰਗ ਗੇਅਰ ਹੋ ਗਏ, ਪਾਵਰ ਬੈਂਕ ਹੋ ਗਏ 2-2, 3-3, 4-4 ਲੀਡਾਂ ਹੋ ਗਈਆਂ, 3-3, 4-4 ਬੈਟਰੀਆਂ ਹੋ ਗਈਆਂ, ਸਾਰਾ ਕੁਛ ਯਾਰ, ਇਕੱਲੀ ਇਕੱਲੀ ਚੀਜ਼, ਮਾਈਕ ਹੋ ਗਿਆ, ਵਾਇਰਲੈਸ ਮਾਈਕ ਹੋ ਗਿਆ, ਵਾਇਰ ਵਾਲਾ ਮਾਈਕ ਹੋ ਗਿਆ, ਇੱਕ ਮਾਈਕ ਹੋਰ ਆ। ਇਹ ਇਕੱਲੀਆਂ ਥੋੜ੍ਹੀ ਨਿੱਕੀਆਂ ਨਿੱਕੀਆਂ ਚੀਜ਼ਾਂ ਜੇ ਇਕੱਠੀਆਂ ਕਰਦੇ ਨਾ, ਘੱਟੋ ਘੱਟ 1 ਘੰਟਾ ਲੱਗ ਜਾਂਦਾ। ਇਹ ਹੁੰਦਾ ਵੀ ਯਾਰ ਵੀ ਭੁੱਲ ਨਾ ਜਾਈਏ, ਕਿਉਂਕਿ ਆਪਾਂ ਕਿਹੜਾ ਮੁੜ ਕੇ ਇੱਥੇ ਦੁਬਾਰੇ ਆਉਣਾ, ਕਿਸੇ ਹੋਟਲ 'ਚ ਸਮਾਨ ਭੁੱਲ ਗਏ ਉਹ ਤਾਂ ਛੱਡਣਾ ਹੀ ਪਊਗਾ, ਫਿਰ ਵਾਪਸ ਜਾ ਨਹੀਂ ਸਕਦੇ। ਜੇ ਵਾਪਸ ਜਾਵਾਂਗੇ ਉਹਨੇ ਤਾਂ ਤੇਲ ਮੱਥ 'ਚ, ਮੁੜ ਕੇ ਅਗਲਾ ਤੁਹਾਨੂੰ ਦਵੇ ਨਾ ਦਵੇ, ਹੈ ਨਾ। ਐਂ ਹੋਏ ਨਾ ਕਿ ਸਾਡਾ ਇੱਕ ਵਾਰੀ ਉੱਥੇ ਜੈਪੁਰ ਦੇ ਵਿੱਚ ਫੋਨ ਚੱਕਿਆ ਗਿਆ, ਅਸੀਂ ਕਿਸੇ ਢਾਬੇ 'ਤੇ ਬੈਠੇ ਅਤੇ ਉੱਥੇ ਮੈਂ ਆਪਦਾ ਫੋਨ ਰੱਖਤਾ, ਮੁੜ ਕੇ ਕੀ ਹੋਇਆ ਬੰਦਾ ਕੋਈ ਫੋਨ ਲੈ ਗਿਆ ਉੱਥੋਂ ਜਾ ਕੇ, ਢਾਬੇ ਵਾਲੇ ਨੇ ਮੈਨੂੰ ਆਈਡੀ ਦੇ ਮੈਸੇਜ ਕਰਤਾ। ਜਦੋਂ ਮੈਂ ਵਾਪਸ ਲੈਣ ਗਿਆ ਮੈਸੇਜ, ਉਹ ਕਹਿੰਦਾ ਬਾਈ ਯਾਰ ਕੋਈ ਹੋਰ ਬੰਦਾ ਧੱਕੇ ਨਾਲ ਲੈ ਗਿਆ, ਇਹ ਕਹਿ ਕੇ ਵੀ ਮੇਰਾ ਮੋਬਾਈਲ ਹੈ ਤਾਂ ਐਂ ਨਾ, ਫਿਰ ਹੋ ਜਾਂਦਾ ਕਦੇ, ਹੁਣ ਥੋੜ੍ਹਾ ਜਿਹਾ ਹਿਸਾਬ ਨਾਲ ਧਿਆਨ ਨਾਲ ਚੱਲਣਾ ਪੈਂਦਾ। ਅਤੇ ਇੱਧਰ ਸਾਹਮਣੇ ਪਾਰਕਿੰਗ ਦੇ ਵਿੱਚ ਮੋਟਰਸਾਈਕਲ ਲਾਤਾ ਜਮਾਂ, ਆਪਣੇ ਵਾਲੇ ਨਾਲ ਦਾ ਮੋਟਰਸਾਈਕਲ ਖੜ੍ਹਾ ਦੋਨੇ ਭਾਈ ਭਾਈ। ਅਤੇ ਗੁਰਦੁਆਰਾ ਸਾਹਿਬ ਇੱਧਰ ਸਾਹਮਣੇ ਆ ਜੀ, ਇਸ ਗੁਰੂ ਘਰ ਨੂੰ ਕਿਹਾ ਜਾਂਦਾ ਹੋਲੀਵੁੱਡ ਵਾਲਾ ਗੁਰਦੁਆਰਾ ਸਾਹਿਬ। ਅਤੇ ਇੱਧਰ ਸਾਹਮਣੇ ਲਿਖਿਆ ਹੋਇਆ ਉੱਪਰ ਗੁਰਦੁਆਰਾ ਗੁਰੂ ਨਾਨਕ ਦਰਬਾਰ ਪੁਣੇ ਕੈਂਪ, ਅਤੇ ਪੁਣੇ ਦੇ ਕੈਂਪ ਏਰੀਏ ਦੇ ਵਿੱਚ ਬਣਿਆ ਹੋਇਆ।
है ना। ऊ कहा जाता कि गुरु नानक देव जी जो आप उदासियां कीतियां ने तो उन्होंने पुणे दे विच भी चरण पाए ने। जदों गुरु नानक देव जी ने उदासियां वाला आप मैप देखते हैं ना तो वो पुणे शहर का जिक्र किया होया कि गुरु नानक देव जी पुणे दे विच भी आए थे। पर कोई भी इतिहासिक गुरद्वारा साहब एवें का नहीं बनया होया। इस गुरु घर नूं कहा जाता भी ये जगह के उत्ते इत्थे गुरद्वारा साहब बनया ना, इत्थे एक पुरातन खूह भी हुंदा सी। ते अज दी डेट दे विच ना उस खूह नूं पूर के उत्थे गुरद्वारा साहब दी इमारत बना दित्ती गई है। उही इक आखरी निशानी सी ते उही गल आ जांदी है भी मैनूं हुंदा भी पुरानियां निशानियां जिहड़ियां हैगियां ने उह बचियां रहिणियां चाहीदियां ने। गुरद्वारा साहब दी इमारत जां आर्कीटेक्चर उस हिसाब नाल मैनेज कर लेना चाहीदा। क्योंकि कल जदों मैं राजगुरु जी दा घर देखण गया ना राजगुरु नगर दे विच तां उत्थे उहनां दा पुराना घर सारा ढा के दुबारा नवां बनाया सी। फिर मैनूं लग्गिया भी इत्थे जां पुराना घर हुंदा तां हणा माड़ा जिहा फील आउंदा भी हाँ इत्थे खेडदे रहे ने। जदों आपां लखपत दे विच जांदे आ गुजरात दे विच हणा तां उत्थे सारा पुरानियां चीज़ां पईआं ने तां फील आउंदा उत्थे भी हाँ कदे गुरु नानक देव जी इस दरवाजे विच दी लंघे होणगे। ते इत्थे हुण अज दी डेट दे विच कोई भी निशानी नहीं है। उही गल आ जाए भी पुरानियां निशानियां पूर पूर के फिर नवें आप इमारत खड़ियां कर दें जिहड़ा इतिहास आ वह भी नाल नाल खत्म हो रहा है। फिर एवं हॉलीवुड वाला गुरद्वारा साहब इहनूं तां कहा जाता क्योंकि जिहड़े एरिए आप घूम रहे हैं ना इत्थे किसी टाइम अंग्रेज़ रहिंदे हुंदे सी। जिहड़ी जगह दे उत्ते आप हुण फिरदे आ तां उदों मतलब वह टाइमां दे विच उन्होंने इत्थे आपदे क्लब क्लुब पब होर मतलब ये जगह नूं सेंटर बना रख्या सी। ये चीज़ां वास्ते हॉलीवुड ही बना रख्या सी। ते 1947 वेले दी गल आ के ओ यार देखी पता नहीं की हो गया तड़के ही ध्यान नाल चलाया करो यार देख दूख के पता नहीं ए बजुर्गों का औखा होया ना 60 फीट वजदी है। मुंडे मुंडा चला रहा सी उहदा स्कूटरी मुंडे कर देने फिर काली नाले आप सट खाते ने आप तो सट खा के खड़े हो जाते हैं माँ प्यो का औखा हो जाता। तो मैं गल करता सी भी ये टाइमों के उत्ते ना आ जगह के उत्ते अंग्रेजा ने आपके क क्लब पब होर बहुत कुछ मतलब ये सेंटर बना रखा सी। इतने नचते नुचते खा खाते पीते रहे ने। 1947 वेले की गल आ यह गुरद्वारा साहब की इमारत उदों भी हैगी सी मतलब एक छोटे जे कमरे के महाराज का प्रकाश हुंदा सी। हुण तक बहुत वड्डा गुरु घर बन गया तो सिंधी सिखा ने यह गुरद्वारा साहब बनाया होया तो गुरु नानक देव जी की याद के बनाया हुआ। गुरु नानक देव जी पुणे आए ने इतिहासिक प्रमाण हजे तक कोई नहीं मिले पर जोड़ा खूह से वह तो कोई ना कोई खोज गाहां की गाहां निकल सकती होंगी आ पर खूह नूं पूर के हुण उत्थे गुरद्वारा साहब बनाता गया। तो हॉलीवुड अंग्रेज़ों ने यही ना दिता हुआ सी इस जगह ता करके हॉलीवुड वाला गुरद्वारा कह देंगे जी। उही रस्ता जदों आपां सिंगड़ फोर्ट नूं गए सी पुणे शहर चो बाहर निकलना ही औखा हो जाता। बस जी बहुत शुक्रिया। पूरा 1 घंटे वांगू लग गया तो हुण जाके बाहर निकले हाँ पुणे शहर तो जिहड़ी वो सीधी सड़क जा रही है ना वह जा रही है नंदेड़ नूं गुरद्वारा हजूर साहब भी तुसीं इधरों जा सकते हो। पुणे तो हाईवे हाईवे जाऊगा आपां इत्थों मुड़ जाएंगे लैफ्ट वल नूं क्योंकि लैफ्ट वाले पासे अपने करनाटका बॉर्डर आ तो जिधर नूं आपां जाणा 17 जां कोल्हापुर इधर ही ने सारा कुछ। सारा 100 किलोमीटर रह गया पूरा 100 किलोमीटर तो यही सीधी रोड बेंगलुरु नूं भी जाती है। पुणे तो यार ज़्यादा लोगों का काम इत्थे आई टी का ही आम तो इत्थे सब तरह के ने पर बहुत वड्डियां वड्डियां कंपनियां ने ट्रैक्टर वाली कंपनी जॉन्डियर का भी इत्थे चलता काम आई टी नाल संबंधित जिहड़ा भी आ ते तनखाहां चंगीआं ने पर यार खर्चा भी हुंदा इत्थे है ना रेंट महंगे ने। जे तुसीं मेन लोकेशन दे विच पुणे जिथे मेन आई टी हब आ तो उत्थे जे तुसीं 3 BHK फ्लैट रेंट ते लैना तो तुहानूं 50,000 जां 60,000 रुपये उहदा रेंट आ है ना। चल मिल के रह लैंदे ने बंदे पर वी 50-60,000 रुपये खासा हुंदा है ना। तो मतलब 15-16,000 तो घट तुहानूं 1 BHK नहीं मिलना। चंडीगढ़ च भी नहीं इन्ना रेट हैगा 50-60,000 तक गल ही नहीं बनी 20,000 दे देंगे 3 BHK इतने का 50-55-55,000 वो मुंडे के अगे जानकार है 3 BHK का 55,000 रेंट दे रहे थे। पुड़े बोकदा आहे ये मराठी के कह देने पुड़े का मतलब अगे बोकदा का मतलब टनल आहे का मतलब ही आ गई
कूड़े बोग का आए आ देखो टनल आ गई ना बोर्ड लगे हुए थे समझ लईदा हुण तां इत्थे रेस्टोरेंट आ गए इत्थे कितें खा पी लईए वेज वाले बड़े च भी नहीं जाना आपां ठीक जिहे च जाना इत्थे देख लैने शिव नेरी च ਬਿੰਤ ਦਸੋਰ ਜੇ ਮੰਗਣਾ ਐ ਬਣਿਆ ਹੋਇਆ ਭਾਈ ਹੋਟਲ ਵਿਚਾਲੇ ਛਤਰਪਤੀ ਸ਼ਿਵਾਜੀ ਦੀ ਮੂਰਤੀ ਇੱਧਰ ਜੇ ਬਹਿ ਨੇ ਸਾਈਡ ਤੇ ਇਸ ਢਾਬੇ ਤੇ ਫਿਰ ਐਂਡ ਤੇ ਥੱਕ ਹਾਰ ਕੇ ਆਪਾਂ ਇੱਕ ਵੈਜ ਥਾਲੀ ਮੰਗਾ ਲਈ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਰੋਟੀ ਖਾਣੀ ਹੈ ਕਹਿੰਦੇ ਬਈ ਰੋਟੀ ਤਾਂ ਨਹੀਂ ਤੁਹਾਨੂੰ ਮਿਲਦੀ ਅਸੀਂ ਚਪਾਤੀ ਦੇਵਾਂਗੇ ਤੇ ਮੈਂ ਕਿਹਾ ਚੱਲ ਚਪਾਤੀ ਲਿਆ ਇਹ ਰੋਟੀ ਲਿਆਏ ਅਸਲ ਦੇ ਵਿੱਚ ਨਾ ਇਹ ਚਪਾਤੀ ਅਤੇ ਰੋਟੀ ਨੂੰ ਅੱਡ ਅੱਡ ਕਹਿੰਦੇ ਨੇ ਚਪਾਤੀ ਜਿਹੜੀ ਆ ਤੁਹਾਡੇ ਸਾਹਮਣੇ ਪਈ ਹੈ ਇਹਨੂੰ ਕਹਿੰਦੇ ਨੇ ਰੋਟੀ ਕਹਿੰਦੇ ਨੇ ਇਹ ਤੰਦੂਰ ਵਾਲੀ ਨੂੰ ਇੱਥੇ ਵਧੀਆ ਰੋਟੀ ਖਾਣ ਨੂੰ ਮਿਲ ਗਈ ਸੀ ਪਿਛਲੇ ਤਿੰਨ ਦਿਨਾਂ ਤੋਂ ਚੱਜ ਨਾਲ ਰੋਟੀ ਨਹੀਂ ਖਾਧੀ ਸੀ ਬਸ ਸੈਂਡਵਿਚ ਹੋਰ ਬੜਾ ਪਾਓ ਛੋਟਾ ਪਾਓ ਹੋਰ ਲੱਲਾ ਭੱਬਾ ਜਿਹਾ ਜਿਹਾ ਕੁਛ ਚੱਲੀ ਜਾਂਦਾ ਸੀ ਅਤੇ ਕਿਉਂਕਿ ਰੋਟੀਆਂ ਖਾਣ ਵਾਸਤੇ ਨਾ ਫਿਰ ਸ਼ਹਿਰ ਤੋਂ ਬਾਹਰ ਨਿਕਲਣਾ ਪੈਂਦਾ ਤਾਂ ਹੀ ਮੈਂ ਵੀ ਬਹੁਤ ਲੇਟ ਪ੍ਰਸ਼ਾਦਾ ਛਕਿਆ ਘੱਟੋ ਘੱਟ 1:30 ਵਜੇ ਰੋਟੀ ਖਾਧੀ ਆ ਰਾਤ ਦੀ ਖਾਧੀ ਹੋਈ ਉਦੋਂ ਬਾਅਦ ਮੈਂ ਕਿਹਾ ਨਹੀਂ ਹਾਈਵੇ ਦੇ ਢਾਬੇ ਹੋਣਗੇ 200% ਤਾਂ ਇੱਥੇ ਵਾਧੂ ਢਾਬੇ ਨੇ ਪਹਿਲਾਂ ਰੋਟੀ ਛੇਤੀ ਮਿਲਦੀ ਨਹੀਂ ਜਦੋਂ ਮਿਲ ਜਾਂਦੀ ਆ ਖਾ ਲੈਂਦੇ ਹਾਂ ਫਿਰ ਨੀਂਦ ਆਉਣ ਲੱਗ ਜਾਂਦੀ ਆ ਇੱਕ ਰੋਟੀ ਲੇਟ ਖਾਣ ਦਾ ਕਾਰਨ ਵੀ ਮੇਰਾ ਇਹੀ ਆ ਵੀ ਫਿਰ ਨਾ ਸੁਸਤੀ ਜੀ ਪੈ ਜਾਂਦੀ ਆ ਹੁਣ ਸਰੀਰ ਮੰਜਾ ਜਿਹਾ ਭਾਲੀ ਜਾਂਦਾ ਵੀ ਯਾਰ ਕਿਤੇ ਘੰਟਾ ਕੁ ਸੌਂ ਜਾਈਏ ਹੁਣ ਆਪਾਂ ਲੰਘ ਰਹੇ ਹਾਂ ਜੀ ਘਾਟ ਵਿੱਚ ਦੀ 17 ਫੋਰੈਸਟ ਡਿਵੀਜ਼ਨ ਦੇ ਅੰਡਰ ਆ ਗਿਆ ਸਾਰਾ ਹਿਸਾਬ ਕਿਤਾਬ ਇਹ ਅਤੇ ਇੱਧਰਲੇ ਪਾਸੇ ਨੈਸ਼ਨਲ ਪਾਰਕ ਵੀ ਹੈਗੇ ਨੇ ਛੋਟੇ ਛੋਟੇ ਨੈਸ਼ਨਲ ਪਾਰਕ ਨੇ ਵੱਡੇ ਨਹੀਂ ਉਹਦੇ ਵਿੱਚ ਐਂ ਹੁੰਦਾ ਵੀ ਜੇ ਤੁਹਾਨੂੰ ਜੀਪ 'ਚ ਬਿਠਾ ਕੇ ਲੈ ਗਏ ਤਾਂ ਉਹਦੇ ਵਿੱਚ ਸ਼ੇਰ ਸ਼ੂਰ ਨਹੀਂ ਤੁਹਾਨੂੰ ਦੇਖਣ ਨੂੰ ਮਿਲਣਗੇ ਹਾਥੀ ਘੋੜੇ ਚੀਤੇ ਵੀ ਨਹੀਂ ਹੁੰਦੇ ਹਾਥੀ ਹੁੰਦੇ ਨੇ ਹਿਰਨ ਹੁੰਦੇ ਨੇ ਇਹੋ ਜਿਹਾ ਕੁਛ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਉਹਦੇ ਸਾਹਮਣੇ ਬੋਰਡ ਵੀ ਲੱਗਿਆ ਹੋਇਆ ਸਫਾਰੀ ਵਾਲਿਆਂ ਦਾ ਕੁਦਰਤੀ ਆ ਹੀ ਛਾਪੇ ਦੇ ਉੱਤੇ ਸਾਰਾ ਕੁਛ ਹੀ ਹੋਇਆ ਟਾਈਗਰ ਚੀਤਾ ਪਾਲੂ ਲੋਂਬੜੀ ਪਰ ਨਹੀਂ ਮਿਲਦੇ ਨਹੀਂ ਦਿਖਦੇ ਇਹ ਬਹੁਤ ਘੱਟ ਦਿਖਦੇ ਨੇ ਕਿਉਂਕਿ ਇਹਨਾਂ ਦੀ ਟਿਕਟ 'ਤੇ ਰੇਟ ਪਤਾ ਲੱਗ ਜਾਂਦਾ ਹੁੰਦਾ ਵੀ ਸ਼ੇਰ ਦਿਖੂਗਾ ਕਿ ਨਹੀਂ 500-500 ਰੁਪਏ 'ਚ ਸਫਾਰੀ ਕਰਾ ਦਿੰਦੇ ਨੇ ਜਿੱਥੇ ਸਫਾਰੀ 'ਚ 2-2.5 ਹਜ਼ਾਰ ਰੁਪਈਆ ਲੱਗਦਾ ਉੱਥੇ ਫਿਰ ਤੁਹਾਨੂੰ ਤੰਗੀ ਤਰ੍ਹਾਂ ਸ਼ੇਰ ਦਿਖਾ ਕੇ ਲੈ ਕੇ ਆਉਣਗੇ ਪਰ ਆਪਾਂ ਕ੍ਰੋਸ ਕਰਕੇ ਆ ਗਏ ਹਾਂ ਸਤਾਰੇ ਤੱਕ ਤਾਂ ਵਧੀਆ ਡਬਲ ਰੋਡ ਸੀ ਅੱਗੇ ਆ ਰੋਡ ਬੰਨ ਰਿਹਾ ਇੱਥੇ ਕਹਿਰੀ ਸੜਕ ਆ ਗਈ ਇਹ ਸਿੱਧੀ ਕੋਲਹਾਪੁਰ ਤੱਕ ਜਾਂਦੀ ਆ ਸਲਾਹ ਤਾਂ ਪਹਿਲਾਂ ਮੇਰੀ 17 ਵਿੱਚ ਰੁਕਣ ਦੀ ਸੀ ਫਿਰ ਆਪਣੇ ਕੋਲ ਦਿਨ ਸਾਰਾ ਬਚ ਜਾਣਾ ਫਿਰ ਮੈਨੂੰ ਐਂ ਯਾਰ ਵੀ ਮਹਾਰਾਸ਼ਟਰ ਤੋਂ ਬਾਅਦ ਹੁਣ ਆਪਾਂ ਕਰਨਾਟਕਾ 'ਚ ਵੜੀਏ ਹੈ ਨਾ ਵੀ ਉਹ ਵੀ ਚੀਜ਼ਾਂ ਦੇਖੀਏ ਮੁੜਦੇ ਹੋਏ ਦੇਖ ਲਾਂਗੇ ਫਿਰ ਜੇ ਕੋਈ ਚੀਜ਼ਾਂ ਰਹਿ ਵੀ ਗਈਆਂ ਮੁੜਦੇ ਹੋਏ ਤਾਂ ਆਪਾਂ ਮਹਾਰਾਸ਼ਟਰ ਦੇ ਵਿੱਚ ਦੀ ਹੋ ਕੇ ਜਾਣਾ ਤਾਂ ਮੈਂ ਕਿਹਾ ਵੀ ਚਲੋ ਇੱਕ ਵਾਰੀ ਥੋੜ੍ਹਾ ਜਿਹਾ ਗਾਂਹ ਵਧੀਏ ਕਿਉਂਕਿ ਪੁਣੇ ਦੇ ਵਿੱਚ ਚੀਜ਼ਾਂ ਆਪਾਂ ਕਾਫੀ ਦੇਖ ਲਈਆਂ ਅਤੇ ਉੱਥੇ ਦਿਨ ਵੀ ਕਾਫੀ ਲੱਗੇ ਸੀ ਅਤੇ ਮਹਾਰਾਸ਼ਟਰ ਦੇ ਜਿਹੜੇ ਕਿਲੇ ਫੇਮਸ ਨੇ ਉਹਨਾਂ ਦੇ ਵਿੱਚੋਂ ਆਪਾਂ ਦੋ ਤਿੰਨ ਕਿਲੇ ਵੀ ਦੇਖ ਲਏ ਮਤਲਬ ਉਹ ਵੀ ਇੱਕ ਆਪਾਂ ਟੋਪਿਕ ਕਵਰ ਕਰ ਲਿਆ ਸੀ ਹੈ ਨਾ ਅਤੇ ਹੁਣ ਸਿੱਧਾ ਆਪਾਂ ਕਰਨਾਟਕਾ ਵਾਲੇ ਪਾਸੇ ਜਾਂ ਸਾਊਥ ਵਾਲੇ ਪਾਸੇ ਤਾਂ ਯਾਰ ਸਭ ਤੋਂ ਜ਼ਿਆਦਾ ਉਹਨਾਂ ਦੇ ਮੰਦਰ ਮਸ਼ਹੂਰ ਨੇ ਹੈ ਨਾ ਜਾਂ ਸੋਹਣੀਆਂ ਬੀਚਾਂ ਉਹਨਾਂ ਦੀਆਂ ਸਾਫ ਸਫਾਈ ਵਾਲੀਆਂ ਹੈ ਨਾ ਅਤੇ ਉਹ ਚੀਜ਼ਾਂ ਆਪਾਂ ਦੇਖਾਂਗੇ ਸਾਰੀਆਂ ਕਿਉਂਕਿ ਫਿਲਹਾਲ 1-2 ਦਿਨ ਆਪਾਂ ਇੱਥੇ ਹੀ ਹਾਂ ਆਪਣੇ ਮਹਾਰਾਸ਼ਟਰ ਦੇ ਵਿੱਚ ਅੱਜ ਵੀ ਅਤੇ ਕੱਲ੍ਹ ਵੀ ਅਤੇ ਜਦੋਂ ਤੱਕ ਇਹ ਵੀਡੀਓ ਆਊਗੀ ਸ਼ਾਇਦ ਉਦੋਂ ਤੱਕ ਨਵਾਂ ਸਾਲ ਹੋ ਗਿਆ ਹੋਊਗਾ ਵੀਡੀਓ ਨਾ ਕਦੇ ਕਦੇ 2-3 ਦਿਨ ਪਿੱਛੇ ਚੱਲਦੀ ਹੁੰਦੀ ਆ ਮੈਂ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਵੀ ਸ਼ਾਇਦ ਦੱਸਿਆ ਸੀ ਵੀ ਕਈ ਵਾਰ 1 ਦਿਨ ਦੇ ਵਿੱਚ ਨਾ ਵੀਡੀਓ 2 ਬਣ ਜਾਂਦੀਆਂ ਨੇ ਅਤੇ 2 ਵੀਡੀਓ ਬਣਨ ਕਰਕੇ ਫਿਰ 1 ਵੀਡੀਓ ਮੈਂ ਅਪਲੋਡ ਕਰ ਦਿੰਦਾ 1 ਮੈਂ ਰੱਖ ਲੈਣਾ ਅਤੇ ਤਾਂ ਕਰਕੇ ਫਿਰ ਵੀਡੀਓ ਇਕੱਠੀਆਂ ਹੋ ਜਾਂਦੀਆਂ ਨੇ ਕੱਲ੍ਹ ਕਿਸੇ ਦਾ ਕਮੈਂਟ ਆਇਆ ਹੋਇਆ ਸੀ ਕਹਿੰਦੇ ਐਤਵਾਰ ਦੀ ਵੀਡੀਓ ਤੁਸੀਂ ਅੱਜ ਪਾਈ ਆ ਅਤੇ ਉਹ ਵੀਰੇ ਵੀਡੀਓ 4-5 ਦਾ ਮੇਰੇ ਕੋਲ ਬੈਕਅਪ ਪਿਆ ਤਾਂ ਕਰਕੇ ਐਂ ਹੋ ਜਾਂਦਾ ਅਤੇ ਆਹ ਵੀ ਸ਼ਾਇਦ ਜਦੋਂ ਵੀਡੀਓ ਆਊਗੀ ਤਾਂ ਨਵਾਂ ਸਾਲ ਚੜ੍ਹ ਗਿਆ ਹੋਊਗਾ ਅਤੇ ਨਵੇਂ ਸਾਲ ਦੀਆਂ ਤੁਹਾਨੂੰ ਲੱਖ ਵਧਾਈਆਂ ਉਹ ਦੇਖੀ ਬਾਬਾ ਐਂ ਤਾਂ ਨਹੀਂ ਗੱਲ ਬਣਦੀ ਐਡੇ ਐਡੇ ਕੱਟ ਮਾਰੀ ਉਹਨਾਂ ਨੂੰ ਅਤੇ ਕਿਤੇ ਖੜ ਕੇ ਹੁਣ ਚਾਹ ਚੂ ਪੀਂਦੇ ਹਾਂ ਰਾਈਡਰ ਰੂਈਡਰ ਇੱਧਰ ਮਿਲਣ ਲੱਗ ਜਾਂਦੇ ਨੇ ਆਹ ਖੜਾ ਬਾਈ ਜੈਕਟ ਪਾ ਕੇ ਕੇਰਲਾ ਕਰਨਾਟਕਾ ਵਾਲੇ ਪਾਸੇ ਤਾਂ ਹੈਗੇ ਨੇ ਰਾਈਡਰ ਵਾਲੇ ਇੱਕ ਆਹ ਖੜਾ ਬਾਈ ਹੁਣ ਧੁੱਪ ਵਾਲੀ ਆ ਯਾਰ ਹੁਣ ਗਰਮੀ ਜਿਹੀ ਲੱਗਣ ਲੱਗ ਗਈ ਜੈਕਟ ਦੇ ਵਿੱਚ ਇੱਕ ਵੱਡਾ ਸ਼ਹਿਰ ਆਇਆ ਰਾਹ ਦੇ ਵਿੱਚ ਇਹਦਾ ਨਾਮ ਹੈਗਾ ਕਰੜ ਅਤੇ ਜਦੋਂ ਦੇ ਰੋਟੀ ਖਾ ਕੇ ਆਪਾਂ ਚੱਲੇ ਹਾਂ ਹੁਣ ਤੱਕ ਮੈਂ 150 ਕਿਲੋਮੀਟਰ ਦੇ ਨੇੜੇ ਤੇੜੇ ਕਵਰ ਕਰਤਾ
ਮੈਨੂੰ ਐ ਹੁੰਦਾ ਵੀ ਯਾਰ ਹਾਈਵੇ ਤੇ ਤਾਂ ਕੁਝ ਖੜਨ ਦਾ ਫਾਇਦਾ ਨਹੀਂ ਹੁੰਦਾ ਜ਼ਿਆਦੇ ਤੇ ਸਿੱਧਾ ਮੈਂ ਕਿਹਾ ਹੁਣ ਇਹਨੂੰ ਥੋੜਾ ਜਿਹਾ ਆਰਾਮ ਦਵਾ ਦਈਏ ਤੇ ਜਿਹੜੇ ਹੋਟਲ ਵਗੈਰਾ 'ਚ ਜਾਣਾ ਉਹਦਾ ਐਡਰੈਸ ਲਾਵਾਂਗੇ ਤੇ ਕੁਛ ਕੁ ਗੱਲਾਂ ਬਾਤਾਂ ਤੁਹਾਨੂੰ ਕਿੱਥੇ ਖੜਦੇ ਆ ਪਹਿਲਾਂ ਵਾਲੇ 17 ਵਾਲੇ ਦੱਸਦੇ ਆ ਜਿਹੜਾ 17 ਆਪਾਂ ਕ੍ਰੋਸ ਕਰਕੇ ਆਏ ਆ ਪੂਨੇ 17 ਕਿਉਂਕਿ ਦੋ ਚਾਰ ਚੀਜ਼ਾਂ 17 ਦੇ ਵਿੱਚ ਵੀ ਹੈਗੀਆਂ ਸੀ ਦੇਖਣ ਵਾਲੀਆਂ ਪਰ ਕੋਈ ਐਡੀਆਂ ਵੀ ਜ਼ਰੂਰੀ ਨਹੀਂ ਸੀ ਪੈਲਸ ਵਗੈਰਾ ਸੀ ਤੇ ਉਹਨਾਂ ਪੈਲਸਾਂ ਦੇ ਵਿੱਚ ਮੁੱਲਾ ਦਾ ਵੀਡੀਓ ਵਗੈਰਾ ਅਲਾਊਡ ਵੀ ਨਹੀਂ ਹੈਗੀ ਬਾਕੀ ਫਿਰ ਇੱਥੋਂ ਥੋੜ੍ਹਾ ਜਿਹਾ ਸਾਈਡਾਂ 'ਤੇ ਜਾਣਾ ਪੈਣਾ ਸੀ ਜਿਵੇਂ ਦੋ ਕਿਲੇ ਨੇ ਛੱਤਰਪਤੀ ਸ਼ਿਵਾਜੀ ਦੇ ਇਸ 17 ਤੋਂ ਨੇੜੇ ਨੇੜੇ ਉਹ ਫਿਰ ਜਿਵੇਂ ਆਪਾਂ ਸਿੰਘੜ ਦੇਖ ਕੇ ਆਏ ਹਾਂ ਪੂਨੇ ਤੋਂ 35-40 ਕਿਲੋਮੀਟਰ ਪਰੇ ਜਾ ਕੇ ਉਵੇਂ ਦੇਖਣੇ ਪੈਣੇ ਸੀ ਅਤੇ ਤਾਂ ਕਰਕੇ ਫਿਰ ਮੈਂ ਕਿਲਿਆਂ ਦਾ ਪ੍ਰੋਗਰਾਮ ਕੈਂਸਲ ਕਰਤਾ ਵੀ ਪਹਿਲਾਂ ਹੁਣ ਆਪਾਂ 2-3 ਦੇਖ ਲਏ ਸਾਰੀਆਂ ਚੀਜ਼ਾਂ ਉਵੇਂ ਦੀਆਂ ਹੀ ਨੇ ਜੇ ਕੋਈ ਨਵੀਂ ਚੀਜ਼ ਹੁੰਦੀ ਤਾਂ ਆਪਾਂ ਜ਼ਰੂਰ ਦੇਖਦੇ ਉੱਥੇ ਹੈ ਨਾ ਤਾਂ ਕਰਕੇ ਫਿਰ ਮੈਂ 17 ਕੈਂਸਲ ਕਰਤਾ ਨਹੀਂ 17 ਦੇ ਵਿੱਚ ਦੋ ਕਿਲੇ ਸੀ ਦੇਖਣ ਵਾਲੇ ਬਹੁਤ ਫੇਮਸ ਫੇਮਸ ਇੱਕ ਦਾ ਨਾਂ ਹੈ ਸੱਜਣਗੜ੍ਹ ਫੋਰਟ ਅਤੇ ਉਹ ਵੀ ਥੋੜ੍ਹਾ ਜਿਹਾ ਸੋਹਣਾ ਬਣਿਆ ਹੋਇਆ ਉਹਦੇ ਨਾਲ ਉਹ ਬਣਿਆ ਹੋਇਆ ਸਿੰਘੜ ਕਿਲੇ ਵਾਂਗੂ ਬਣਿਆ ਹੋਇਆ ਲੋਹਗੜ੍ਹ ਕਿਲਾ ਜਮੀ ਖਾਲੀ ਜਿਹਾ ਪਿਆ ਸੀ ਅਤੇ ਜਿਹੜੇ ਸਾਡੇ ਨਾਲ ਪਹਿਲੀ ਵਾਰੀ ਸਾਡੀ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਦੱਸ ਦਈਏ ਕਿ ਆਪਣਾ ਪੰਜਾਬ ਤੋਂ ਸਾਊਥ ਵਾਲੇ ਪਾਸੇ ਦਾ ਟੂਰ ਚੱਲ ਰਿਹਾ ਅਤੇ ਲੜੀਵਾਰ ਪ੍ਰੋਗਰਾਮ ਦੇਖਣ ਲਈ ਸਾਡੀਆਂ ਤੁਸੀਂ ਪਿਛਲੀਆਂ ਵੀਡੀਓ ਚੈੱਕ ਕਰ ਸਕਦੇ ਹੋ ਪਿਛਲੇ ਮਤਲਬ ਹੁਣ ਤੱਕ 20 ਕੁ ਵੀਡੀਓ ਆਪਣੀਆਂ ਅਪਲੋਡ ਹੋ ਚੁੱਕੀਆਂ ਨੇ ਪੰਜਾਬ ਤੋਂ ਲੈ ਕੇ ਇੱਥੇ ਤੱਕ ਦੀਆਂ ਜਿੱਥੇ ਹੁਣ ਆਪਾਂ ਫਿਰਦੇ ਹਾਂ ਕੋਲਹਾਪੁਰ ਤੱਕ ਦੇ ਘੱਟੋ ਘੱਟ 20 ਕਹਿ ਰਿਹਾ ਮੈਨੂੰ ਲੱਗਦਾ 24-25 ਹੋਣਗੀਆਂ ਅਤੇ ਜੇ ਦੇਖਣੀਆਂ ਤਾਂ ਤੁਸੀਂ ਜਾ ਕੇ ਜ਼ਰੂਰ ਪਿਛਲੀਆਂ ਵੀਡੀਓ 'ਤੇ ਵੀ ਕਮੈਂਟ ਲਾਈਕ ਕਰਕੇ ਭਾਈ ਦੇਖ ਲਓ ਜੇ ਤੁਹਾਨੂੰ ਕੋਈ ਚੀਜ਼ ਉਹਦੇ ਵਿੱਚ ਵਧੀਆ ਲੱਗਦੀ ਹੈ ਦੇਖਣ ਵਾਲੀ ਹੈ ਨਾ ਆਪਾਂ ਤਾਂ ਸਾਰਾ ਕੁਛ ਦਿਖਾਉਂਦੇ ਜਾਵਾਂਗੇ ਸਾਰੇ ਰਾਹ 'ਤੇ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਸੀ ਅਤੇ ਛਾਂ ਵੀ ਨਹੀਂ ਕਿਤੇ ਮਿਲੀ ਚੱਜ ਦੀ ਦੇਤਾ ਬਾਹਲਾ ਉੱਡੀ ਜਾਂਦਾ ਸੀ ਪਰ ਲੰਘਦੇ ਲੰਘਦੇ ਆਹ ਫਲੂਦੇ ਵਾਲੀ ਰੇਹੜੀ ਆ ਗਈ ਜਿਹੜੀ ਆਪਣੇ ਪੰਜਾਬ 'ਚ ਖੜਦੀਆਂ ਨੇ ਇਹ ਵੀ ਰਾਜਸਥਾਨ ਨੰਬਰ ਹੀ ਆ ਬਾਈ ਦਾ ਰਾਜਸਥਾਨ 'ਚ ਜ਼ਿਆਦਾ ਕੰਮ ਚੱਲਦਾ ਇਹਨਾਂ ਦਾ ਅਤੇ ਉੱਥੋਂ ਹੀ ਜ਼ਿਆਦਾ ਆਉਂਦੇ ਨੇ ਇਹ ਅਤੇ ਇਹਦੀ ਫਿਰ ਗੱਡੀ ਦੀ ਛਾਵੇਂ ਮੋਟਰਸਾਈਕਲ ਲਾ ਲਿਆ ਅਤੇ ਇੱਥੇ ਆਪਾਂ ਖੜ ਜਾਂਦੇ ਹੁਣ 5-4 ਮਿੰਟ ਆਰਾਮ ਕਰਦੇ ਹਾਂ ਬਹਿ ਬਹਿ ਕੇ ਥੱਕ ਗਏ ਘੱਟੋ ਘੱਟ 2-2.25 ਘੰਟੇ ਮੋਟਰਸਾਈਕਲ ਚਲਾ ਕੇ ਆਏ ਹਾਂ ਲਗਾਤਾਰ ਅਤੇ ਜਿੱਥੇ ਆਪਾਂ ਆਈਸਕ੍ਰੀਮ ਖਾਧੀ ਆ ਫਲੂਦਾ ਪੀਤਾ ਉੱਥੇ ਬੈਠਣ ਨੂੰ ਅੱਧਾ ਘੰਟਾ ਹੋ ਗਿਆ 17 ਕ੍ਰੋਸ ਕਰਕੇ ਆਪਾਂ ਆ ਗਏ ਸੀ ਇੱਕ ਦੋ ਕੰਮ ਕਰਨੇ ਸੀ ਫੋਨ ਦੇ ਉੱਤੇ ਉਹ ਕਰ ਲਏ ਅਤੇ ਡੋਰਮੈਟਰੀ ਬੁੱਕ ਕੀਤੀ ਆਪਾਂ ਕੋਲਹਾਪੁਰ ਦੇ ਵਿੱਚ ਬਾਈ ਨਾਲ ਫੋਨ 'ਤੇ ਗੱਲ ਹੋ ਗਈ ਉਹਨਾਂ ਨੇ ਬੈੱਡ ਬੁੱਕ ਕਰਤਾ ਲੋਕੇਸ਼ਨ ਮੈਂ ਲਾ ਲਈ ਅਤੇ 1.5 ਕੁ ਘੰਟੇ ਦੇ ਵਿੱਚ ਆਪਾਂ ਉਹਨਾਂ ਦੇ ਹੋਟਲ ਦੇ ਵਿੱਚ ਪਹੁੰਚ ਜਾਗੇ ਅਤੇ 24 ਘੰਟਿਆਂ ਵਾਸਤੇ ਹੋਟਲ ਆ ਮਤਲਬ ਜੇ ਸ਼ਾਮ ਨੂੰ ਮੈਂ ਉੱਥੇ 7 ਵਜੇ ਪਹੁੰਚਦਾ ਤਾਂ ਅਗਲੇ ਦਿਨ ਸ਼ਾਮ ਨੂੰ ਮੈਂ 7 ਵਜੇ ਤੱਕ ਉਹਨੂੰ ਰੱਖ ਸਕਦਾ ਠੀਕ ਆ ਇਹ ਚੀਜ਼ ਵਧੀਆ ਹੁੰਦੀ ਆ ਜੇ ਮੈਂ ਹਨੇਰੇ ਸਵੇਰੇ ਕੱਲ੍ਹ ਨੂੰ ਚੀਜ਼ਾਂ ਦੇਖਦਾ ਲੇਟ ਵੀ ਹੋ ਗਿਆ ਤਾਂ ਮੈਨੂੰ ਸਮਾਨ ਦੀ ਚਿੰਤਾ ਨਹੀਂ ਹੋਊਗੀ ਸ਼ਾਮ ਦੇ 7 ਵਜੇ ਤੱਕ ਅਤੇ ਜਿਹੜੀਆਂ ਚੀਜ਼ਾਂ 17 ਦੇ ਵਿੱਚ ਦੇਖਣ ਵਾਲੀਆਂ ਨੇ ਉਹਨਾਂ ਦੇ ਵਿੱਚ ਸਭ ਤੋਂ ਫੇਮਸ ਇੱਕ ਫਲਾਵਰ ਵੈਲੀ ਬਣੀ ਹੋਈ ਆ ਫੁੱਲਾਂ ਦੀ ਘਾਟੀ ਬਣੀ ਹੋਈ ਆ ਅਤੇ ਉਹ ਇੱਕ ਵਰਲਡ ਹੈਰੀਟੇਜ ਸਾਈਟ ਆ ਭਾਂਤ ਭਾਂਤ ਦੇ ਕਿਸਮਾਂ ਦੇ ਫੁੱਲ ਲੱਗੇ ਹੋਏ ਨੇ ਫਲਾਵਰ ਵੈਲੀ 'ਚ ਇਹੀ ਕੁਛ ਹੀ ਹੁੰਦਾ ਵੀ ਤੁਹਾਨੂੰ ਫੁੱਲ ਦੇਖਣ ਨੂੰ ਮਿਲਣਗੇ ਕਿਸਮਾਂ ਦੇ ਭਾਂਤ ਭਾਂਤ ਦੇ ਅਤੇ ਜਿਵੇਂ ਆਪਾਂ ਹੇਮਕੁੰਡ ਸਾਹਿਬ ਨੂੰ ਜਾਂਦੇ ਹਾਂ ਨਾ ਤਾਂ ਜਿਹੜੀ ਆਪਾਂ ਲਾਸਟ ਚੜ੍ਹਾਈ ਚੜ੍ਹਦੇ ਹਾਂ 6 ਕਿਲੋਮੀਟਰ ਵਾਲੀ ਤਾਂ ਉੱਥੋਂ ਵੀ ਇੱਕ ਫਲਾਵਰ ਵੈਲੀ ਨੂੰ ਸੜਕ ਮੁੜਦੀ ਆ ਗੋਬਿੰਦ ਧਾਮ ਤੋਂ ਬਾਅਦ ਉਵੇਂ ਦੀ ਚੀਜ਼ ਇੱਥੇ ਵੀ ਬਣੀ ਹੋਈ ਆ ਅਤੇ ਮੀਹਾਂ ਦੇ ਟਾਈਮ ਦੇ ਵਿੱਚ ਜ਼ਿਆਦਾ ਸੋਹਣੇ ਲੱਗਦੀਆਂ ਨੇ ਕਿਉਂਕਿ ਉਦੋਂ ਨਾ ਵਧੀਆ ਫੁੱਲ ਖਿੜੇ ਹੁੰਦੇ ਨੇ ਸਾਰੇ ਐਵੇਂ ਦੀਆਂ ਰਲਮੀਆਂ ਮਿਲਮੀਆਂ ਚੀਜ਼ਾਂ ਕੋਲਹਾਪੁਰ ਦੇ ਵਿੱਚ ਵੀ ਹੈਗੀਆਂ ਨੇ ਜੇ ਮੈਂ 17 ਦੇ ਵਿੱਚ ਦੇਖਦਾ ਇਹ ਚੀਜ਼ਾਂ ਤਾਂ ਮੈਨੂੰ ਫਿਰ 17 ਦੇ ਵਿੱਚ ਦਿਨ ਲਾਉਣਾ ਪੈਣਾ ਸੀ ਇੱਕ ਰਾਤ ਕੱਟਣੀ ਪੈਣੀ ਸੀ ਅਤੇ ਅਗਲੇ ਦਿਨ ਫਿਰ ਕੋਲਹਾਪੁਰ ਦੇ ਵਿੱਚ ਲਾਉਣਾ ਪੈਣਾ ਸੀ ਮਤਲਬ 4 ਦਿਨ ਫਿਰ ਮੈਨੂੰ ਹੋਰ ਲੱਗ ਗਏ ਨੇ ਮਹਾਰਾਸ਼ਟਰ ਦੇ ਵਿੱਚ ਤਾਂ ਕਰਕੇ ਫਿਰ ਮੈਂ 17 ਕੈਂਸਲ ਕਰਕੇ ਸਿੱਧਾ ਕੋਲਹਾਪੁਰ ਨੂੰ ਚੱਲਿਆ ਠੀਕ ਹੈ ਤੁਸੀਂ ਕਦੇ ਇੱਧਰਲੇ ਪਾਸੇ ਆਉਂਗੇ ਤਾਂ ਤੁਸੀਂ ਜ਼ਰੂਰ ਝਾਤੀ ਮਾਰ ਜੋ 17 ਦੇ ਵਿੱਚ ਵਧੀਆ ਚੀਜ਼ ਆ ਅਤੇ ਇੱਥੋਂ ਕੋਲਹਾਪੁਰ ਹੈਗਾ ਸਾਰਾ 1.5 ਘੰਟੇ ਦਾ ਰਾਹ ਅਤੇ ਹੋਟਲ ਵੀ ਸਿਟੀ ਸੈਂਟਰ ਦੇ ਵਿੱਚ ਹੀ ਆ ਮਤਲਬ ਸ਼ਹਿਰ ਦੇ ਵਿੱਚ ਹੀ ਆ ਅਤੇ ਉਹਨੂੰ ਵੀ 1.5 ਘੰਟਾ ਹੀ ਲੱਗਣਾ ਆਹ ਪਿਛਲੇ ਪਾਸੇ ਜਿਹੜੀ ਸੜਕ ਆ ਇਹ ਸਿੱਧੀ ਸੜਕ ਜਾਂਦੀ ਆ ਬੈਂਗਲੁਰੂ ਨੂੰ ਇੱਧਰਲੇ ਪਾਸੇ ਨੂੰ ਅਤੇ 800 ਕਿਲੋਮੀਟਰ ਦੇ ਨੇੜੇ ਤੇੜੇ ਬੈਂਗਲੁਰੂ ਆ ਇੱਥੋਂ ਮੋਟਰਸਾਈਕਲ ਨੂੰ ਵੀ ਆਰਾਮ ਦਵਾਉਣਾ ਸੀ ਸਵੇਰ ਦਾ ਚਲਾਈ ਜਾਂਦੇ ਤਾਂ ਕਰਕੇ ਫਿਰ ਮੈਂ ਇੱਥੇ ਖੜਾਤਾ ਸੀ ਅਤੇ ਅੱਧਾ ਪੌਣਾ ਘੰਟਾ ਇਹਨੂੰ ਆਰਾਮ ਦਵਾਤਾ ਇੰਜਨ ਠੰਡਾ ਹੋ ਗਿਆ ਅਤੇ ਹੁਣ ਚੱਲਦੇ ਹਾਂ ਆਪਾਂ ਗਾਹਾਂ ਨੂੰ ਆ ਸ਼ੀਸ਼ਾ ਜਿਹਾ ਹਿੱਲ ਗਿਆ ਯਾਰ ਇਹ ਕਰਾਉਣਾ ਪੈਣਾ ਠੀਕ ਹੁਣ ਪਿੱਛੇ ਨਾ ਦਿੱਕਤ ਆਉਂਦੀ ਆ ਦੇਖਣ ਦੇ ਵਿੱਚ ਏਜੰਸੀ 'ਚ ਠੀਕ ਹੋਣਾ ਇਹ ਜੇ ਨਵਾਂ ਪਿਆ ਤਾਂ ਫਿਰ ਇਹ ਖਰਚਾ ਖੜਾ ਹੋ ਗਿਆ ਨਹੀਂ ਫਿਰ ਕੋਈ ਦੇਸੀ ਜਗਾੜ ਲਾ ਕੇ ਕਰਨਾ ਪੈਣਾ ਬਾਹਲਾ ਆਹੀ ਢਿਲਕ ਗਿਆ ਇਕੱਲਾ ਕੱਲ੍ਹ ਨੂੰ ਦੇਖਦੇ ਇੱਥੇ ਕਿਤੇ ਏਜੰਸੀ ਲੱਭ ਕੇ ਕੰਮ ਸ਼ਾਮ ਨੂੰ 7 ਵਜੇ ਕੋਲਹਾਪੁਰ ਸ਼ਹਿਰ ਦੇ ਵਿੱਚ ਪਹੁੰਚ ਗਏ ਵੱਡਾ ਸ਼ਹਿਰ ਹੈ ਵੀ ਕਾਫੀ ਖਾਸਾ ਫੈਲਿਆ ਹੋਇਆ
बस जेडे होटल चा जाना दो चार किलोमीटर रह गया। होर हिसाब के बंदे जे ने यार एड्रैस पूछी है ना उ कह दें इधर हो जा इधर हो जा। आ भाई फड़े हूँ सिक्योरिटी गार्ड इन्हू मैं कहा भी मैं समझा किधर जाना। हाँ जी अच्छा इसमें जाना है मैंने ठीक है जी शुक्रिया। इसी के अंदर होगा वो भी ठीक है मालक ने फोन किया यार मालक भी ना ढिला जाइ भाई। नायक डोरमेट्री कहाँ पे है नायक डोरमेट्री कहाँ से जाना है। अच्छा लिफ्ट है वहाँ पे इधर लिफ्ट आ सी कौन सा फ्लोर आ गया जी फर्स्ट ही हो गया अभी। अच्छा फोर्थ कौन सा है जी फर्स्ट कोई दबा के तो नहीं भाग रहा बार बार मालूम है थोड़े भी नहीं चलते इधर है चलते ही नहीं सब लिफ्ट में। अच्छा ये करते हैं थोड़ा तो चलना चाहिए। ये वाला ये 10 है हाँ जी 4K में है ना। हाँ 4K 60 120 पे भी आ जाता है। ओ आ गया नाइक डोरमेट्री ये नाल भी करदा मैं गल तपाले पतंदरा ने इधर आ जाओ उधर आ जाओ सीधा ही आ सी ओए डोरमेट्री के लिए मैंने फोन किया था। हाँ आपसे बात हो रही थी चाय चूहे पियो यार कैसे भाई बड़ी मुश्किल से ढूंढ के आया हूँ मैं। चले चाय पीने चले पहले नहीं देख यार फिर खुल के बात किया अगर मेरे से इतनी दूर से मैं आया हूँ। चल ठीक है अभी बाइक है मेरे पास तो उसको कहाँ पे पार्क करेंगे तो हमारे के हो जाएगी पार्क तो हो जाएगा ना। बस ठीक है चलो फिर अभी क्या दूँ आपको आधार कार्ड ठीक है और तो ये मतलब 24 घंटे के लिए रहेगा। ठीक है किस नाम पे हो गया ये नायक फास्ट फूड। फास्ट फूड का काम भी आपका नीचे होटल है हमारा। अच्छा टाइम लगा टाइम देख लो कहाँ पे लिखा है 7:06 होगा वहाँ पे मंचूरियन वगैरह होंगे नहीं सिर्फ वेज वेज मंचूरियन वेज ही होते हैं। मंचूरियन वो गोल गोल से नहीं होते सब्जी के वो नहीं मिलते तो फास्ट फूड में क्या है फिर ये तो पाव भाजी होता है। पाव भाजी अच्छा चल ठीक खाना होता है। हाँ हाँ चल कोई ना। लो जी यही सी अज की वीडियो के 7-8 घंटे का सफ़र करके आप पहुँच गए हाँ कोल्हापुर तो कल नूं कोल्हापुर घूमेंगे तो इतों भी आपां नूं बाई जी का मैसेज आया तो कल नूं आपां उन्हां दे नाल मिलदे हाँ तो गल्लां बातां करदे हां तो होर किहड़ियां किहड़ियां इत्थे चीज़ां देखण वालियां ने उन्हां नाल मिल के फिर दसांगे तो थोनों ही मिलावांगे उन्हां दे नाल। तो ये यार मैनू ऐ हो रहा भी है ना महाराष्ट्र तक भी आपां नूं इन्नी दूर दूर तक बंदे मिली जांदे ने ईवन के कर्नाटका दे विच्चों भी मैसेज आए पए ने कि भाई साढ़े कोल आ के जायो है ना तो सारे नूं मिलांगे आपां जिहड़े जिहड़े भाई सानूं मैसेज कर रहे ने। नवीं वीडियो दे नाल कल नूं फिर मिलदे हां शाम नूं 6:30 बजे। वाहिगुरू जी का खालसा वाहिगुरू जी की फतह।